ਇਹ ਪਰਿਵਾਰ ਉੱਥੇ ਹੀ ਖੜਾ ਹਲੇ ਵੀ ਇਹ ਪਰਿਵਾਰ ਉਦੋਂ ਦਾ ਇੰਚ ਪਿੱਛੇ ਹਟਿਆ ਨਾ ਅੱਗੇ ਗਿਆ ਇਨਸਾਫ ਦੀ ਉਡੀਕ ਦੇ ਵਿੱਚ ਹਲੇ ਵੀ ਇਹਨਾਂ ਦੀਆਂ ਅੱਖਾਂ ਜਿਹੜੀਆਂ ਉਹਨਾਂ ਦੇ ਵਿੱਚੋਂ ਹੰਝੂ ਆ ਜਾਂਦੇ ਆ ਹਾਂਜੀ ਚਾਰ ਪੰਜ ਮਹੀਨੇ ਤੋਂ ਪ੍ਰੈਗਨੈਂਸੀ 'ਚ ਤੇ ਫਿਰ ਮੈਨੂੰ ਇਹ ਲੈ ਕੇ ਆਏ ਉੱਥੋਂ ਜੂਪੀ ਤੋਂ ਫਿਲੀਪੀਨਸ ਤੋਂ ਫਿਰ ਜਦੋਂ ਇਹ ਘਰ ਲਿਆਏ ਉੱਥੇ ਨਹੀਂ ਇਹਨਾਂ ਨੇ ਮੈਨੂੰ ਦੱਸਿਆ ਕਿ ਮਤਲਬ ਆਹ ਗੱਲ ਹੋ ਗਈ ਆ ਇਹਨਾਂ ਨੇ ਮਤਲਬ ਅਖਬਾਰ ਤੋਂ ਫੋਟੋ ਵੇਖ ਲਈ ਸੀ ਪਰ ਮੈਨੂੰ ਨਹੀਂ ਕਿਸੇ ਨੇ ਵੀ ਦੱਸਿਆ ਜਦੋਂ ਇੱਥੇ ਆ ਕੇ ਉਤਰਿਆ ਤੇ ਬਾਪੂ ਜੀ ਉੱਚੀ ਉੱਚੀ ਰੋਣ ਲੱਗ ਗਏ ਤਾਂ ਫਿਰ ਮੈਨੂੰ ਪਤਾ ਲੱਗਾ ਆ ਗੱਲ ਹਰਮਿੰਦਰ ਮੈਂਟਾ ਹਜੂਰ ਸਾਹਿਬ ਦਰਸ਼ਨਾਂ ਲਈ ਗਿਆ ਸੀਗਾ ਗੁਰਦੁਆਰੇ ਵਿੱਚ ਉਹਦੀ ਉਡੀਕ ਕਰਦਾ ਪਰਿਵਾਰ ਹਲੇ ਵੀ ਉੱਥੇ ਬੈਠਾ ਹਰਮਿੰਦਰ ਮੈਂਟਾ ਤਾਂ ਆਇਆ ਨਹੀਂ ਤੇ ਨਾ ਹੀ ਇਨਸਾਫ ਮਿਲ ਸਕੇ ਇਸ ਪਰਿਵਾਰ ਨੂੰ ਕੀ ਮੇਨ ਗੱਲ ਇਹ ਹੈ ਜੀ ਵੀ ਅਸੀਂ ਸਾਂ ਹੀ ਦੇ ਜੀ ਡੀਕ ਨਹੀਂ ਆ ਜਿਹੜਾ ਕੰਮ ਹੱਥੀਂ ਨਾ ਕੀਤਾ ਹੈ ਨਾ ਜੀ ਉਹਦੀਆਂ ਡੀਕਾਂ ਹੁੰਦੀਆਂ ਜਿਹੜਾ ਹੱਥੀਂ ਕੀਤਾ ਉਹਦੀ ਕੋਈ ਡੀਕ ਨਹੀਂ ਹੁੰਦੀ ਅਜੀ ਤੇ ਸਾਡੇ ਨਾਲ ਬਹੁਤ ਘਾੜ ਰਿਹਾ ਜੀ ਤੇ ਅਜੇ ਵੀ ਅਸੀਂ ਅੜੀਕ 'ਚ ਬੈਠੇ ਆ ਵੀ ਸਾਡੇ ਹੱਕ ਜੀ ਸਾਨੂੰ ਕੁਝ ਨਾ ਕੁਝ ਨਿਆਂ ਮਿਲੇ ਤੇ ਸਾਡੀ ਵੀ ਜਿਹੜੀ ਏਕਾ ਠੰਡੀ ਹੋ ਜੇ ਆਖਰੀ ਵਾਰ ਉਹਨਾਂ ਨੂੰ ਕਦੋਂ ਦੇਖਿਆ ਹਰਮਿੰਦਰ ਮੈਂਟਾ ਹੁਣ ਕਦੋਂ ਤੁਡੀ ਲੱਗਿਆ ਤੁਹਾਨੂੰ ਕਿ ਹਾਂ ਆਖਰੀ ਵਾਰ ਅਸੀਂ ਉਹਨਾਂ ਨੂੰ ਦੇਖਿਆ ਬਹੁਤ ਮੰਦੇ ਹਾਲਾਂ ਦਾ ਮਾਰੇ ਹੈਗੀ ਬਈ ਕੋਈ ਉਹਨਾਂ ਦੇ ਰੈਂਕ ਵਰਗੇ ਉਹਨਾਂ ਨੇ ਉਸ ਟਾਈਮ ਪੜ੍ਹ ਕੇ ਕਈ ਦੋ ਟੈਰ ਹੋ ਗਏ ਨੇ ਆਪਣੇ ਫੰਡ ਵੀ ਲੈ ਲਏ ਹੈ ਜੀ ਤੇ ਸਾਡਾ ਵੀ ਗੱਲ ਹੀ ਸਾਡਾ ਰਹਿ ਗਿਆ ਕੱਕ ਨਹੀਂ ਕਾਟੂ ਤੱਕ ਨਹੀਂ ਗਈ ਜਿਹੜਾ ਡਰਾਈਵਰ ਸੀ ਜਿਹਨੇ ਗਵਾਈ ਦਿੱਤੀ ਜਾਂਦਾ ਜੀ ਉਹਨਾਂ ਆਖਿਆ ਵੀ ਇਹਨਾਂ ਸੇਲ ਆਏ ਆ ਉਹ ਇਹਨਾਂ ਕੋ ਕਾਟੂ ਨਹੀਂ ਕੱਟਣ ਵਾਸਤੇ ਇਹਨਾਂ ਦੀਆਂ ਦਾੜੀਆਂ ਹਲੇ ਕਾਲੀਆਂ ਸੀ ਉਦੋਂ ਤੇ ਦਾੜੀਆਂ ਚਿੱਟੀਆਂ ਵੀ ਹੋ ਗਈਆਂ ਸਿਰ 'ਚ ਟੌਲੇ ਆ ਗਏ ਪਰ ਇਨਸਾਫ ਹਲੇ ਤੱਕ ਇਹਨਾਂ ਨੂੰ ਮਿਲ ਨਹੀਂ ਸਕਿਆ ਬਹੁਤ ਵਧੀਆ ਅਸੀਂ ਦਰਸ਼ਨ ਕੀਤੇ ਆਸ ਦੇਖੜਦੇ ਹੀ ਆਏ ਆ ਰਸਤੇ 'ਚ ਜਦੋਂ ਸਾਡੀ ਬੱਸ ਨੂੰ ਰੋਕ ਲਿਆ ਤੇ ਅਸੀਂ ਵੇਖਿਆ ਕਿ ਆਈ ਪਤਾ ਨਹੀਂ ਕੀ ਚੱਕਰ ਕਿ ਪੁਲਿਸ ਕਿਉਂ ਇਨੀ ਬੱਸ ਦੇ ਵਿੱਚ ਚੜ ਗਈ ਆ ਹੁਣਸ ਬਹੁਤ ਜ਼ਿਆਦਾ ਸੀ ਤੇ ਸਾਡੀ ਬੱਸ ਵਿੱਚ ਪੁਲਿਸ ਚੜ ਗਈ ਆ ਉਹਨਾਂ ਨੇ ਜਿੰਨੇ ਨੌਜਵਾਨ ਸੀ ਨਾ 10 11 ਜਣੇ ਨੌਜਵਾਨ ਸੀ ਬਾਕੀ ਬਜ਼ੁਰਗ ਹੀ ਬੀਬੀਆਂ ਹੀ ਬੱਚੇ ਸੀਗੇ ਉਹਨਾਂ ਨੂੰ ਬੱਸ ਵਿੱਚ ਹੀ ਰਹਿਣ ਦਿੱਤਾ ਤੇ ਜਿੰਨੇ ਨੌਜਵਾਨ ਸੀ 11 ਮੁੰਡੇ ਸੀ ਉਹਨਾਂ ਨੂੰ ਬੱਸ ਵਿੱਚੋਂ ਲਾ ਲਿਆ ਫੇਰੇ ਬਾਥਰੂਮ ਜਾਣ ਲਈ ਵੀ ਤਰਲਾ ਮਾਰਿਆ ਮਤਲਬ ਸਾਨੂੰ ਬਹੁਤ ਤੰਗੀ ਦਿੱਤੀ ਉਹਨਾਂ ਨੇ ਸਾਰਾ ਦਿਨ ਸਾਡੀ ਬੱਸ ਨੂੰ ਜੰਗਲਾਂ ਵਿੱਚ ਘਮਾਉਂਦੇ ਰਹੇ ਪੂਰਾ ਦਿਨ ਜਿਉਂ 8 9 ਵਜੇ ਤੋਂ ਸਾਡੀ ਬੱਸ ਨੂੰ ਘੇਰਾ ਪਾਇਆ ਤੇ ਪੂਰਾ ਦਿਨ ਹੀ ਨਿਕਲ ਗਿਆ ਸਾਰਾ ਦਿਨ ਕਦੀ ਇੱਧਰ ਨੂੰ ਲੈ ਜਾਣ ਜੰਗਲਾਂਾਂ 'ਚ ਕਦੀ ਇੱਧਰ ਨੂੰ ਲੈ ਜਾਣਾ ਫਿਰ ਇੱਕ ਥਾਣੇ 'ਚ ਵੀ ਬੱਸ ਨੂੰ ਰੋਕਦਾ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮਨਦੀਪ ਕੁਝ ਦਰਦ ਇਹੋ ਜਿਹੇ ਹੁੰਦੇ ਨੇ ਜਿਹੜੇ ਸ਼ਾਇਦ ਦੱਸੇ ਤੇ ਵੀ ਕਿਸੇ ਨੂੰ ਮੈਂ ਦੱਸੇ ਨਾ ਜਾਣ ਬਸ ਉਹ ਮਹਿਸੂਸ ਕੀਤੇ ਜਾਂਦੇ ਨੇ ਇਹੋ ਜਿਹੇ ਦਰਦ ساری ਜ਼ਿੰਦਗੀ ਨਾਲ ਹੀ ਰਹਿੰਦੇ ਨੇ ਜਦੋਂ ਖੁਸ਼ੀਆਂ ਦਾ ਟਾਈਮ ਆਉਂਦਾ ਤਾਂ ਇਹੋ ਜਿਹੇ ਦਰਦ ਹੋਰ ਵੀ ਵੱਡੇ ਰੂਪ ਦੇ ਵਿੱਚ ਸਾਹਮਣੇ ਆਉਂਦੇ ਨੇ ਪੰਜਾਬ ਨੇ ਪੰਜਾਬ ਦੇ ਲੋਕਾਂ ਨੇ ਬਹੁਤ ਦਰਦ ਦੇਖੇ ਖਾਸ ਕਰਕੇ 1984 ਤੋਂ ਲੈ ਕੇ 999 ਦੇ ਦੌਰ ਤੱਕ ਪੰਜਾਬ ਦੇ ਆਮ ਲੋਕਾਂ ਨੇ ਬੜੇ ਤਸੀਹੇ ਚੱਲੇ ਬੜੇ ਦਰਦ ਦੇਖੇ ਇਹਨਾਂ ਦੇ ਵਿੱਚ ਫਰਜੀ ਮੁਕਾਬਲਿਆਂ ਦਾ ਵੱਡਾ ਨਾਮ ਹੁੰਦਾ ਕਿੰਨੇ ਪੰਜਾਬ ਦੇ ਲੋਕ ਸੀ ਜਿਹੜੇ ਇਹਨਾਂ ਫਰਜੀ ਮੁਕਾਬਲਿਆਂ ਦੇ ਸ਼ਿਕਾਰ ਹੋਏ ਤੇ ਅਜੇ ਵੀ ਉਹ ਪਰਿਵਾਰ ਆ ਜਿਹੜੇ ਇੱਥੇ ਹੈਗੇ ਆ ਉਹ ਹਲੇ ਵੀ ਇਨਸਾਫ ਦੀ ਉਡੀਕ ਕਰ ਰਹੇ ਆ ਪਰ ਇਨਸਾਫ ਮਿਲਿਆ ਨਹੀਂ ਹਲੇ ਵੀ ਉਹ ਪਰਿਵਾਰਾਂ ਨੂੰ ਉਮੀਦ ਆ ਕਿ ਸ਼ਾਇਦ ਕਿਤੇ ਨਾ ਕਿਤੇ ਇਨਸਾਫ ਮਿਲੇ ਤਾਂ ਉਹ ਕਹਾਣੀ ਕੀ ਸੀ ਅੱਜ ਇੱਕ ਪਰਿਵਾਰ ਸਾਡੇ ਨਾਲ ਆ ਜਿਹੜਾ ਉਸ ਕਹਾਣੀ ਨਾਲ ਜੁੜੂਗਾ ਕਿ ਪੀਲੀ ਪੀਤ ਦਾ ਮੁਕਾਬਲਾ ਕੀ ਸੀਗਾ ਕਿਉਂ ਪੁਲਿਸ ਨੇ ਕਿਵੇਂ ਪੁਲਿਸ ਨੇ ਮਾਰਿਆ ਜਿਹੜੇ ਸਿੱਖ ਮੁੰਡੇ ਗਏ ਸੀਗੇ ਆਪਣੇ ਨਾਲ ਸਤਕੋਹਾ ਪਿੰਡ ਦੇ ਅਜੀਤ ਸਿੰਘ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਬਾਪੂ ਜੀ ਇੱਕ ਖਬਰ ਜਦੋਂ ਹੁਣੀ ਆਈ ਜਿਹੜਾ ਤਾਜੀ-ਤਾਜੀ ਕਿ ਪੀਲੀ ਪੀਤ ਦਾ ਜਿਹੜਾ ਫਰਜੀ ਮੁਕਾਬਲਾ ਸੀਗਾ ਉਹਦੇ ਵਿੱਚ ਜਿਹੜੇ ਲੋਕ ਸੀਗੇ ਜਿਹੜੇ ਉਹਦਾ ਸ਼ਿਕਾਰ ਹੋਏ ਸੀ ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ ਇਸੇ ਕਰਕੇ ਅਸੀਂ ਤੁਹਾਡੇ ਤੱਕ ਪਹੁੰਚੇ ਕਿ ਗੱਲਬਾਤ ਤੁਹਾਡੇ ਨਾਲ ਕੀਤੀ ਜਾਵੇ ਭਰ ਜਵਾਨੀ ਦੇ ਵਿੱਚ ਇੱਕ ਆਪਣੇ ਨੌਜਵਾਨ ਬੱਚੇ ਨੂੰ ਤੋੜਨਾ ਉਹ ਬਹੁਤ ਔਖਾ ਹੁੰਦਾ ਤੁਸੀਂ ਉਹਨਾਂ ਨੂੰ ਤੋੜਿਆ ਤਾਂ ਅੱਜ ਤੁਸੀਂ ਇਨਸਾਫ ਦੀ ਉਡੀਕ ਕਰ ਰਹੇ ਹੋ ਹਨਾ ਜਿਹੜੀ ਉਦੋਂ ਕਹਾਣੀ ਵਾਪਰੀ ਸੀ ਜਿਹੜੀ ਉਹ ਸਾਰੀ ਨਾਲ ਸਾਨੂੰ ਜੋੜੋ ਕੀ ਹੋਇਆ ਸੀ ਉਦੋਂ ਉਹ ਇਹ ਹੋਇਆ ਜੀ ਵੀ ਪਾਸਪੋਰਟ ਬਣਿਆ ਸੀ ਮੇਰੇ ਬੱਚਿਆਂ ਦਾ ਸੀ ਇਸ ਮਿੰਦਰ ਸਿੰਘ ਮਿੰਟਾ ਤੇ ਇਹਦਾ ਸ਼ਾਦੀ ਹੋਈ ਸੀ ਪੰਜ ਚਾਰ ਮਹੀਨੇ ਇੱਧਰ ਆਂਦੇ ਵੀ ਅਸੀਂ ਵਿਦੇਸ਼ਾਂ ਜਾਣਾ ਤੇ ਅਸੀਂ ਯਾਤਰਾ ਤੇ ਜਾਣਾ ਮੈਂ ਜਾਓ ਇੱਥੋਂ ਯਾਤਰਾ ਤੇ ਗਏ ਆ ਜੀ ਇਹ ਨਾਨਕਮਾੜਿਓਂ ਬੱਸ ਜਾਣੀ ਸੀ ਨਾਨਕਮਾੜਿਓਂ ਇਹਦੇ ਵਿੱਚ ਬਹਿ ਗਏ ਨੇ ਤੇ ਜੀ ਉਹ ਸਾਬ ਯਾਤਰਾ ਤੇ ਚਲੇ ਗਏ ਆ ਜੀ ਜਦੋਂ ਵਾਪਸ ਆ ਰਹੇ ਆ ਜੀ ਜਿਲ੍ਹਾ ਬਦਾਉਂ ਆ ਕਜਲਾ ਘਾਟ ਪੋਲਵਾ ਉਹਦੇ ਉੱਤੇ ਉਹਨਾਂ ਦੇ ਬੰਦੇ ਮੁੰਡੇ ਯਾਰਾਂ ਨੌਜਵਾਨ ਲਾ ਕੇ 10 ਵਜੇ ਸਵੇਰੇ ਤੇ ਜੰਗਲਾਂ ਨੂੰ ਲੈ ਕੇ ਨਾਲ ਹੀ ਇਹ ਬੱਸ ਲਾ ਕੇ ਕਮਾਉਂਦੇ ਦੇ ਜਦੋਂ ਪਈਆਂ ਸ਼ਾਮਾਂ ਇਹ ਬੱਸ ਜਿਹੜੀ ਆ ਲੈ ਕੇ ਪਿੱਲੀ ਪੀਰ ਗੋਜ਼ਰਾ ਦਾ ਹੀ ਸ਼ੇਹ ਬਾਦਸ਼ਾਹ ਦਾ ਇਹ ਉਹ ਬਾਕੀ ਸਾਰੀਆਂ ਉੱਥੇ ਲਾਤੀਆਂ ਉਹਨਾਂ ਨੂੰ ਜੰਗਲ ਨੂੰ ਲੈ ਕੇ ਸਵੇਰੇ 4 ਚਾਹ 5 ਵਜੇ ਲਾ ਲੋ ਉਹਨਾਂ ਨੇ ਜੀ ਉਹਨਾਂ ਨੂੰ ਕਾਊਂਟਰ ਕਰਤਾ ਹਾਂਜੀ ਜਦੋਂ ਸਾਡੇ ਇੱਥੇ ਮੈਂ ਤੇ ਬਾਹਰ ਸਾਡੇ ਘਰ ਪੁਲਿਸ ਆਈ ਵੀ ਤੁਹਾਡੇ ਮੁੰਡੇ ਇਦਾਂ ਇਦਾਂ ਹੋ ਗਏ ਆ ਘਰ ਦੇ ਆ ਮੈਨੂੰ ਦੱਸਿਆ ਜੀ ਐਂ ਦੇ ਸਾਬ ਕਦੀ ਜਲੰਧਰ ਤੋਂ ਗਾਂ ਟੱਪੇ ਨਹੀਂ ਹਾਂ ਇਦੋਂ ਕੋਈ ਬੰਦਾ ਮੈਂ ਉਧਰ ਦਾ ਲਾ ਕੇ ਜ਼ਮੀਨ ਨੂੰ ਉਟਾਈ ਉਹਨੂੰ ਨਾਲ ਖੜਿਆ ਪਤਾ ਕੀਤਾ ਸਾਰਾ ਉਹਨਾਂ ਕਿਹਾ ਵੀ ਆ ਕਹਾਣੀ ਉਹਦੇ ਬੀਤ ਗਈ ਆ ਤੇ ਫਿਰ ਮੈਂ ਗੁਰਦਾਰੇ ਗਿਆ ਇਹ ਨੋ ਸਾਡੀ ਮੇਰੇ ਲਾਗੇ ਬੈਠੀ ਹੈ ਜੀ ਇਹ ਗੁਰਦਾਰੇ ਸੀ ਇਹਨ ਮੈਂ ਨਾਲ ਲਾ ਕੇ ਪੰਜਾਬ ਆਇਆ ਵਾਂ ਪੰਜਾਬ ਆਣ ਕੇ ਫੇਰ ਛੱਡ ਕੇ ਫੇਰ ਗਏ ਜੀ ਤੇ ਫੇਰ ਸਾਰੀ ਕਹਾਣੀ ਲੱਗਿਆ ਪਤਾ ਵੀ ਇਦਾਂ ਹੋਏ ਤੇ ਇਦਾਂ ਮਾਰੇ ਤੇ ਇਦਾਂ ਉਹ ਬਹੁਤ ਮੰਦਿਆ ਆਦਮਾ ਆ ਰਹੀ ਥੋੜੀ ਨੌ ਰਾਨੀ ਨਾਲ ਹੀ ਸੀਗੇ ਉਹਨਾਂ ਦੇ ਨਾਲ ਉਹ ਪਿੱਲੀ ਪੀਤ ਗੋਦਰਾ ਦੇ ਛੱਡਤੇ ਨਾ ਜੀ ਮੌਕੇ ਤੇ ਨਾਲ ਹੀ ਉਹ ਲਾਏ ਆ ਇਹਦਾ ਪੁੱਛਿਆ ਵੀ ਆ ਕਿ ਕਿੱਥੇ ਖਾਣਾ ਦੇ ਆਦੇ ਪੁੱਛ ਕੇ ਜੇ ਕਰਕੇ ਛੱਡ ਦੇਣ ਤੁਹਾਡੇ ਪੁੱਤ ਦਾ ਕੋਈ ਇਦਾਂ ਹੋਇਆ ਸੀ ਤੁਹਾਨੂੰ ਲੱਗੇ ਸੀਗੇ ਕਿ ਹਾਂ ਉਹਦਾ ਵੀ ਕਿਸੇ ਨਾ ਕਿਸੇ ਇਦਾਂ ਦੀ ਸਰਗਰਮੀ ਚ ਹੱਥ ਹੈ ਜਾਂ ਉਹ ਸਿਰਫ ਮਿਹਨਤ ਮਜ਼ਦੂਰੀ। ਕਰਮੀ ਚ ਹੱਥ ਹੁੰਦਾ ਸੀ ਉਹ ਕੇਸ ਦੇ ਨਾਲ ਪਾਸਪੋਰਟ ਦੀਆਂ ਕਾਪੀਆਂ ਲਾਈਆਂ ਜੀ। ਤੁਸੀਂ ਬੜੇ ਸਿਆਣੇ ਵੀ ਪਾਸਪੋਰਟ ਜਦੋਂ ਬਣਦਾ ਪੁਲਿਸ ਦੀ ਇਨਕੁਆਰੀ ਹੁੰਦੀ ਆ। ਪੁਲਿਸ ਇਨਕੁਆਰੀ ਕਰਕੇ ਤੇ ਫੇਰ ਉਹ ਪਾਸਪੋਰਟ ਬਣਾਉਂਦੀ ਆ ਉਸ ਇਨਸਾਨ ਦਾ। ਉਹਦਾ ਕਾਨੇ ਵਿੱਚ ਪਾਸਪੋਰਟ ਬਣਿਆ ਜੀ। ਕੋਈ ਗੱਲ ਹੀ ਨਹੀਂ ਉਹ ਜੀ। 12 ਤੋਂ ਬਾਅਦ ਮਿਲ ਚ ਲੱਗਾ ਕੱਚਾ ਉਦੋਂ ਬਾਅਦ ਕਿ ਉਹ ਵਿਦੇਸ਼ਾਂ ਨੂੰ ਜਾਣਾ ਸੀ। ਤੇ ਸੁਣ ਕੇ ਜੀ ਬੜਾ ਫਸ ਗਏ ਆ ਆਪਕਾ ਪਰ ਉਹ ਅਜੀਬ ਜਿਹੜੀ ਆ ਜੀ ਅਸੀਂ ਕੇਸ ਵੇਖੋ ਵੀ ਅਸੀਂ ਪਹਿਲੇ ਕੇਸ ਲੜਿਆ ਜੀ ਪਲੀਪੀਤ ਫਿਰ 10 ਜੂਨ ਫਿਰ ਦਿੱਲੀ ਫਿਰ ਨਖਲੋ ਜੀ 16 ਜੂਨਾਂ ਬੰਦਿਆਂ ਨੂੰ ਸਜ਼ਾ ਹੋਈ ਜੀ ਉਮਰ ਕੈਤ ਤੇ 14-14 ਲੱਖ ਰੁਪਏ ਜੁਰਮਾਨਾ ਹਾਂਜੀ ਉਹਨਾਂ ਨੇ ਕੇਸ ਕਰਤਾ ਜੀ ਹਾਈ ਕੋਰਟ ਹਾਂਜੀ ਤੇ ਉਹ ਲਾ ਲੋ ਵੀ ਉਹਨਾਂ ਦੇ ਹੁਣ ਪਿਛਲੇ 15 ਨੂੰ ਉਹਨਾਂ ਦੇ ਅੱਖ ਜਿਹੜਾ ਇਹ ਕੈਦ ਵੀ ਘਟਾਤੀ ਪਰਨ ਵੀ ਜੱਜ ਵਿਗ ਗਏ ਕਿ ਕੀ ਹੋਇਆ ਤੇ ਮੇਰੇ ਮਹਾਰਾਜ ਨੂੰ ਪਤਾ ਹਾਂਜੀ ਤੇ ਉਹਨਾਂ ਦੀ ਜੁਰਮਾਨਾ ਵੀ ਘਟਾਤਾ ਹਾਂਜੀ ਹੁਣ ਆ ਸਕਰੀਮ ਕੋਰ ਕੇਸ ਕੀਤਾ ਜੀ ਅਜੇ ਨਿਆ ਅਸੀਂ ਲੀਕਣ ਦੇ ਆ ਤੇ ਬਾਕੀ ਜਿੰਨਾਂ ਦੇ ਸਾਡੇ ਖਲਜੀ ਦੇ ਸਾਹ ਨੇ ਜੀ ਅਹੀਂ ਲੜਾਂਗੇ ਪਰ ਗਵਰਨਮੈਂਟ ਨੂੰ ਵੀ ਚਾਹੀਦਾ ਵੀ ਜੇ ਬੇਨਜਾਇਜ਼ ਬੰਦੇ ਮਾਰੇ ਆ ਫਿਰ ਉਹਨਾਂ ਦੀਆਂ ਲਾਸ਼ਾਂ ਨਹੀਂ ਦਿੱਤੀਆਂ ਜੀ ਬੇਵਾਸ ਕਰਕੇ ਸਾਨੀ ਪਤਾ ਵੀ ਉਹ ਸੰਸਕਾਰ ਕੀਤਾ ਕਿ ਦਿਯਾਜ ਸੁਟੇ ਕਿ ਕੀ ਕੀਤਾ ਹਾਂ ਜੀ ਬਹੁਤ ਮਾੜੀ ਘਟਨਾ ਕੀਤੀ ਹੈ ਜੀ ਇਹ ਜੀ ਤੁਹਾਨੂੰ ਲਾਸ਼ਾਂ ਵੀ ਨਹੀਂ ਮਿਲੀਆਂ ਉਹਨਾਂ ਨੂੰ ਨਾ ਜੀ ਨਾ ਕੋਈ ਚੀਜ਼ ਨਹੀਂ ਮਿਲੀ ਹਾਂ ਜੀ ਤੇ ਅਜੇ ਤੱਕ ਅਸੀਂ 33-32 ਸਾਲ ਹੋ ਗਏ ਜੀ ਇੱਥੇ ਬੈਠੇ ਹਾਂ ਹਾਂ ਜੀ ਪਰ ਅਜੇ ਤੱਕ ਕੋਈ ਨਿਆਂ ਨਹੀਂ ਜੀ ਮਿਲਿਆ ਤੇ ਇਹ ਸਰਕਾਰ ਅਗੇ ਬੇਨਤੀ ਕਰਦੀਆਂ ਵੀ ਇਦਾਂ ਨਹੀਂ ਚਾਹੀਦਾ ਜਿਹੜੇ ਪੀੜਤ ਪਰਿਵਾਰ ਨੇ ਜੀ ਇਹਨਾਂ ਦੀ ਕੋਈ ਨਾ ਕੋਈ ਸਹਾਇਤਾ ਲਈ ਜਾਏ ਵੀ ਨੌਜਵਾਨ ਬੱਚੇ ਮਾਰਤੇ ਵਿਅਕੁਰਗ ਉਹਨਾਂ ਦੀਆਂ ਘਰਵਾਲੀਆਂ ਮਗਰੋਂ ਕੀ ਕਰਨਗੀਆਂ ਤੇ ਇਹ ਕੋਈ ਬਹੁਤ ਮਾੜੀ ਘਟਨਾ ਜਿਹੜੀ ਇਹ ਪਿੱਲੀ ਪੀੜਤ ਵਾਲੇ ਕਾਣ ਦੀ ਆ ਹਾਂਜੀ ਇਸੇ ਇਹ ਗੱਲ ਕਹਿਣੀ ਸ਼ਾਇਦ ਬਾਜਵ ਨਹੀਂ ਕਿ 31 32 ਸਾਲ ਪਿੱਛੇ ਜਾਣਾ ਇਹ ਪਰਿਵਾਰ ਉੱਥੇ ਹੀ ਖੜਾ ਹਲੇ ਵੀ ਇਹ ਪਰਿਵਾਰ ਉਦੋਂ ਦਾ ਇੰਚ ਪਿੱਛੇ ਹਟਿਆ ਨਾ ਅੱਗੇ ਗਿਆ ਇਨਸਾਫ ਦੀ ਉਡੀਕ ਦੇ ਵਿੱਚ ਹਲੇ ਵੀ ਇਨਾਂ ਦੀਆਂ ਅੱਖਾਂ ਜਿਹੜੀਆਂ ਉਹਨਾਂ ਦੇ ਵਿੱਚੋਂ ਹੰਝੂ ਆ ਜਾਂਦੇ ਆ ਹਰਮਿੰਦਰ ਮਿੰਟਾ ਹਜ਼ੂਰ ਸਾਹਿਬ ਦਰਸ਼ਨਾਂ ਲਈ ਗਿਆ ਸੀਗਾ ਗੁਰਦੁਆਰੇ ਵਿੱਚ ਉਹਦੀ ਉਡੀਕ ਕਰਦਾ ਪਰਿਵਾਰ ਹਲੇ ਵੀ ਉੱਥੇ ਬੈਠਾ ਹਰਮਿੰਦਰ ਮਿੰਟਾ ਤਾਂ ਆਇਆ ਨਹੀਂ ਤੇ ਨਾ ਹੀ ਇਨਸਾਫ਼ ਮਿਲ ਸਕੇ ਇਸ ਪਰਿਵਾਰ ਨੂੰ ਆਪਾਂ ਹੋਰ ਥੋੜੀ ਗੱਲਬਾਤ ਕਰਾਂਗੇ ਤੁਸੀਂ ਉਸ ਤੋਂ ਬਾਅਦ ਜੀ ਜਿਵੇਂ ਤੁਹਾਨੂੰ ਪਤਾ ਲੱਗਿਆ ਹਨਾ ਆ ਹੋ ਗਿਆ ਫਿਰ ਤੁਸੀਂ ਪੈਰਵਾਈ ਜਿਹੜੀ ਕੀਤੀ ਉਹ ਕੀ ਕੀ ਸਾਰੀਆਂ ਚੁਣੌਤੀਆਂ ਆਈਆਂ ਤੁਹਾਡੇ ਸਾਹਮਣੇ ਜੀ ਪੈਰਵਾਈ ਅਸੀਂ ਕੀਤੀ ਹਰ ਸਾਲ ਤਰੀਕੇ ਵੀ ਜਾਂਦੇ ਆਂ ਵਕੀਲ ਵੀ ਕੀਤਾ ਜੀ ਹਾਂਜੀ ਸੀਪੀਆਈ ਨੇ ਜਾਂਚ ਕੀਤੀ ਜੀ ਸਾਲ ਸਵਾ ਸਾਲ ਬਾਅਦ ਸੀਪੀਆਈ ਨੇ ਕੇਸ ਲੜਿਆ ਜੀ ਫਿਰ ਸੀਪੀਆਈ ਨੇ ਸਜ਼ਾ ਦਿੱਤੀ ਆ ਹਾਂਜੀ ਤੇ ਉਦੋਂ ਬਾਅਦ ਦੇ ਵਿੱਚ ਹਿਸਾਬ ਨਾਲੋਂ ਵੀ ਅਸੀਂ ਇਹੋ ਈ ਡੀਕ ਕਰਦੇ ਦੇ ਆ ਵੀ ਜਿਹੜੀ ਸਾਡੀ ਸੀਪੀ ਨੇ ਜਾਂਚ ਕੀਤੀ ਆ ਨਾ ਉਹਨਾਂ ਦੀ ਸੀਪੀ ਨਾਲ ਸਾਡੀ ਹਾਂਜੀ ਅਸਲ ਇਹ ਤਾਂ ਵੱਧ ਦੇ ਉੱਤੇ ਹੁੰਦਾ ਹੀ ਕੋਈ ਨਹੀਂ ਹਾਂਜੀ ਉਹਨਾਂ ਦੁੱਧੋਂ ਪਾਣੀ ਛਾਣ ਕੇ ਤੇ ਫਿਰ ਇਹ ਉਹਨਾਂ ਨੇ ਦੱਸਿਆ ਜੀ ਵੀ ਇਹ ਬੰਦੇ ਜਿਹੜੇ ਹਨ ਬਿਲਕੁਲ ਸਹੀ ਨੇ ਗਲਤ ਮਾਰੇ ਨੇ ਹਾਂਜੀ ਪਰ ਇਹ ਸਰਕਾਰ ਨੇ ਫੇਰ ਵੀ ਉਸ ਗੱਲ ਦੇ ਉੱਤੇ ਕੋਈ ਮਾਸਾ ਜਿੰਨਾ ਵੀ ਅਸਰ ਨਹੀਂ ਜਿੰਨਾਂ ਨੂੰ ਆਇਆ ਬਾਕੀ ਮੇਨ ਗੱਲ ਇਹ ਹੈ ਜੀ ਵੀ ਅਸੀਂ ਸਹੀ ਤੇ ਅਜੇ ਵੀ ਢੀਕ ਨਹੀਂ ਆ ਹੂੰ ਜਿਹੜਾ ਕੰਮ ਹੱਥੀਂ ਨਾ ਕੀਤਾ ਹੈ ਨਾ ਜੀ ਉਹਦੀਆਂ ਢੀਕਾਂ ਹੁੰਦੀਆਂ ਜਿਹੜਾ ਹੱਥੀਂ ਕੀਤਾ ਉਹਦੀ ਕੋਈ ਢੀਕ ਨਹੀਂ ਹੁੰਦੀ ਹੈ ਜੀ ਤੇ ਸਾਡੇ ਨਾਲ ਬਹੁਤ ਤਕਾਲਿਆ ਜੀ ਤੇ ਅਜੇ ਵੀ ਇਹੀ ਅਡੀਕ ਚ ਬੈਠੇ ਆ ਵੀ ਸਾਡੇ ਹੱਕ ਦੀ ਸਾਨੂੰ ਕੁਝ ਨਾ ਕੁਝ ਨਿਆਂ ਮਿਲੇ ਤੇ ਸਾਡੀ ਵੀ ਜਿਹੜੀ ਏਕਾ ਠੰਡੀ ਹੋ ਜੇ ਹਾਂ ਜੀ ਪਰ ਅਜੇ ਸਾਨੂੰ ਕੋਈ ਨਿਆਂ ਨਹੀਂ ਮਿਲਿਆ ਅਸੀਂ ਤੇ ਉੱਜੜ ਗਏ ਆ ਜੀ ਕੇਸ ਲੜਦੇ ਹਾਂ ਜੀ ਕੁਝ ਪਰਿਵਾਰ ਦੇ ਜਿਨ੍ਹਾਂ ਨੇ ਥੋੜੀ ਬਹੁਤ ਜੀ ਮਤ ਕੀਤੀ ਆ ਜੀ ਡਾਟਾ ਗਰਮੀਤ ਸਿੰਘ 와 ਜੀ ਨਖਲੋਤੇ ਉਹ ਵੀ ਸਾਡਾ ਕੇਸ ਲੜ ਰਿਆ ਜੀ ਤੇ ਮਤ ਕਰਦੇ ਆ ਬੀਬੀ ਸੰਦੀਪ ਕੋਰਵਾ ਤੇ ਬਲਵਿੰਦਰ ਸਿੰਘ ਪੱਖੋ ਕੇ ਆ ਹਾਂਜੀ ਤੇ ਸਾਡੀ ਕਿਸੇ ਵਾਲੇ ਆਣ ਕੇ ਸਾਡੀ ਮਰਤ ਕਰਦੇ ਪੁੱਛਦੇ ਵੀ ਆ ਵੀ ਕੀ ਹਾਲ ਆ ਤੁਹਾਡਾ ਕਿੱਥੇ ਕੇਸ ਆ ਤੁਹਾਡਾ ਕੀ ਗੱਲਬਾਤ ਆ ਜੀ ਬਾਕੀ ਉਹ ਵਿਦੇਸ਼ਾਂ ਚ ਵੀ ਇਹ ਗੱਲਾਂ ਘਲਾਉਂਦੇ ਆ ਜੀ ਵੀ ਇਹ ਪੀੜ ਪਰਿਵਾਰ ਦਾ ਕੇਸ ਲੜਦੇ ਆ ਦੀ ਮਤ ਕੀਤੀ ਗਈ ਤੇ ਕਰਦੇ ਵੀ ਆ ਜੀ ਤੇ ਅਸੀਂ ਉਹਨਾਂ ਦੇ ਹਸਾਰੇ ਨੇ ਸਾਲਾ ਕੇਸ ਲੜਦੇ ਆ ਜੀ ਤੇ ਗਾਂ ਵੀ ਉਹਨਾਂ ਦੇ ਹਸਾਰੇ ਲੰਗ ਮੰਨਣ ਦੇ ਆ ਉਹ ਅਸੀਂ ਕਾਹਬ ਇਕੱਲੇ ਕੱਖ ਨਹੀਂ ਕਰ ਸਕਦੇ ਕਿ ਸਾਡੇ ਕੋਲ ਹੀ ਕੱਖ ਨਹੀਂ ਕਰਨਾ ਕੀ ਨੌਜਵਾਨ ਮਾਰਤੇ ਕਮਾਈ ਵਾਲੇ ਬੰਦੇ ਜਿਹੜੇ ਘਰੋਂ ਚਲੇ ਗਏ ਤੇ ਬਾਕੀ ਰਹਿ ਗਈ ਆ ਹਾਂਜੀ ਤੇ ਸਾਡੀ ਇਹੋ ਰਾਸਵਾ ਜੀ ਅਸੀਂ ਇਹ ਡੀਕਟ ਬੈਠੇ ਆ ਵੀ ਸਾਨੂੰ ਨਿਆਂ ਮਿਲਣਾ ਚਾਹੀਦਾ ਜੇ ਕਿ ਸਾਨੂੰ ਨਿਆਂ ਨਾ ਮਿਲੇ ਸਾਡੀ ਕੋਈ ਤ੍ਰਸਤੀ ਨਹੀਂ ਕੀ ਜੀ ਹਾਂਜੀ ਹਾਂਜੀ ਸੋ ਪੀਲੀ ਪੀਤ ਮੁਕਾਬਲੇ ਦੇ ਚਸ਼ਮਦੀਦ ਸਾਡੇ ਨਾਲ ਜਿਹੜੇ ਉਸ ਮੁਕਾਬਲੇ ਨੂੰ ਨੇੜੇ ਤੋਂ ਦੇਖਿਆ ਉਹ ਮਾਤਾ ਜੀ ਨੇ ਆਪੋਨੋ ਨਾ ਵੀ ਗੱਲਬਾਤ ਕਰਾਂਗੇ ਮਤਾ ਜੀ ਥੋੜਾ ਜਿਹਾ ਅੱਗੇ ਨੂੰ ਆਜੋ ਤੁਸੀਂ ਉਦੋਂ ਉੱਥੇ ਮੌਜੂਦ ਸੀ ਹੈਨਾ ਉਹ ਸਾਰਾ ਘਟਨਾ ਕਰਮ ਕਿਵੇਂ ਹੋਇਆ ਤੁਸੀਂ ਅੱਖੀਂ ਜੋ ਦੇਖਿਆ ਸੀਗਾ ਥੋੜਾ ਉਹ ਦੱਸਣ ਦੀ ਕੋਸ਼ਿਸ਼ ਕਰੋ ਜੀ ਅਸੀਂ ਵੀਰ ਜੀ ਇੱਥੋਂ ਨਾ ਨਾਨਕ ਮਤਾ ਸਾਹਿਬ ਗਏ ਗੁਰਦੁਆਰੇ ਦਰਸ਼ਨਾਂ ਵਾਸਤੇ ਉਥੋਂ ਦਰਸ਼ਨ ਕੀਤੇ ਤੇ ਬਿਨਾਂ ਬਿਲਾ ਅਸੀਂ ਦਿੱਲੀ ਗਏ ਦਿੱਲੀ ਗੁਰਦੁਆਰਿਆਂ ਦੇ ਦਰਸ਼ਨ ਕੀਤੇ ਫਿਰ ਅਸੀਂ ਨਾਨਕਮਤੇ ਚਲੇ ਗਏ ਕਿਉਂਕਿ ਇਹਨਾਂ ਦਾ ਪਾਸਪੋਰਟ ਬਣਿਆ ਹੈਗਾ ਤੇ ਇਹਨਾਂ ਬਾਹਰ ਵਿਦੇਸ਼ ਜਾਣਾ ਹੈ ਤੇ ਅਸੀਂ ਕਿਹਾ ਚਲੋ ਗੁਰੂ ਘਰ ਦੇ ਦਰਸ਼ਨ ਕਰ ਆਵਨੇ ਆ ਦਰਸ਼ਨਾ ਵਾਸਤੇ ਜਦੋਂ ਅਸੀਂ ਨਾਨਕਮਤੇ ਸਭ ਗਏ ਤਾਂ ਉੱਥੇ ਹਲੋਸਮੈਂਟ ਹੋਈ ਕਿ ਬਸ ਯਾਤਰਾ ਵਾਸਤੇ ਨਾ ਹਜੂਰ ਸਾਹਿਬ ਜਾ ਰਹੀ ਆ ਅਸੀਂ ਵੀ ਆਖਿਆ ਕਿ ਚਲੋ ਆਏ ਤੇ ਘਰੋਂ ਹੀ ਯਾਤਰਾ ਵਾਸਤੇ ਹੀ ਆ ਤੇ ਹਜੂਰ ਸਾਹਿਬ ਦੇ ਦਰਸ਼ਨ ਵੀ ਕਰ ਆਵਨੇ ਆ ਹਜੂਰ ਸਾਹਿਬ ਦੇ ਦਰਸ਼ਨ ਅਸੀਂ ਉੱਥੇ ਰਹੇ ਆ ਪਟਨਾ ਸਾਹਿਬ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਫਿਰ ਅਹੀਂ ਹਜੂਰ ਸਾਹਿਬ ਵੀ ਪਹੁੰਚੇ ਉੱਥੋਂ ਦਰਸ਼ਨ ਕਰਕੇ ਅਸੀਂ ਵਾਪਸ ਆਉਣ ਡੇ ਸੀ ਵਾਪਸ ਅਹੀਂ ਆਏ ਆ ਤੇ ਰਸਤੇ ਦੇ ਵਿੱਚ ਹੀ ਸਾਨੂੰ ਨਹੀਂ ਪਤਾ ਕਿਉਂ ਜਾਂ ਕਿ ਕੀ ਗੱਲ ਬਣੀ ਆ ਸਾਡੀ ਬੱਸ ਨੂੰ ਰੋਕ ਲਿਆ ਬਦਹਾਉ ਜ਼ਿਲ੍ਹੇ ਦੇ ਵਿੱਚ ਸਾਡੀ ਬੱਸ ਨੂੰ ਰੋਕ ਕੇ ਨਾ ਕਚਲਾ ਘਾਟ ਨੇੜੇ ਨਦੀ ਸੀ ਨਦੀ ਦੇ ਅੱਗੇ ਬੈਰੀਅਰ ਸੁੱਟ ਕੇ ਤਾਂ ਉਹਨਾਂ ਸਾਡੀ ਬੱਸ ਰੋਕ ਲਈ ਬਹੁਤ ਵਧੀਆ ਅਸੀਂ ਦਰਸ਼ਨ ਕੀਤੇ ਆ ਅਸ ਦੇਖੜਦੇ ਹੀ ਆਏ ਆ ਰਾਸਤੇ ਜਦੋਂ ਸਾਡੀ ਬੱਸ ਨੂੰ ਰੋਕ ਲਿਆ ਤੇ ਅਸੀਂ ਵੇਖਿਆ ਕਿ ਆਈ ਪਤਾ ਨਹੀਂ ਕੀ ਚੱਕਰ ਕਿ ਪੁਲਿਸ ਕਿਉਂ ਇੰਨੀ ਬੱਸ ਦੇ ਵਿੱਚ ਚੜ ਗਈ ਆ ਪੁਲਿਸ ਬਹੁਤ ਜ਼ਿਆਦਾ ਸੀ ਤੇ ਸਾਡੀ ਬੱਸ ਵਿੱਚ ਪੁਲਿਸ ਚੜ ਗਈ ਆ ਉਹਨਾਂ ਨੇ ਜਿੰਨੇ ਨੌਜਵਾਨ ਸੀ ਨਾ 10 11 ਜਣੇ ਨੌਜਵਾਨ ਸੀ ਬਾਕੀ ਬਜ਼ੁਰਗ ਹੀ ਬੀਬੀਆਂ ਹੀ ਬੱਚੇ ਸੀਗੇ ਉਹਨਾਂ ਨੂੰ ਬੱਸ ਵਿੱਚ ਹੀ ਰਹਿਣ ਦਿੱਤਾ ਤੇ ਜਿੰਨੇ ਨੌਜਵਾਨ ਸੀ 11 ਮੁੰਡੇ ਸੀ ਉਹਨਾਂ ਨੂੰ ਬੱਸ ਵਿੱਚੋਂ ਲਾ ਲਿਆ ਅਸੀਂ ਪੁੱਛਿਆ ਵੀ ਆ ਵੀ ਇਹਨਾਂ ਨੂੰ ਕਿੱਥੇ ਲੈ ਕੇ ਜਾਣਾ ਕਹਿੰਦੇ ਨਹੀਂ ਅਸੀਂ ਇਹਨਾਂ ਨੂੰ ਛੱਡ ਦਾਂਗੇ ਅਸੀਂ ਇਹਨਾਂ ਕੋਲ ਥੋੜੀ ਪੁੱਛਗਿਛ ਕਰਨੀ ਆ ਫਿਰ ਅਹੀਂ ਬਸ ਦੇ ਵਿੱਚ ਹੀ ਅਹੀਂ ਬੜਾ ਰੋਲਾ ਨੁਕਿਆ ਤਰਲੇ ਮਿੰਨ ਤਾਂ ਵੀ ਕੀਤੀਆਂ ਵਾ ਕਿ ਤੂੰ ਹੀ ਇਹਨਾਂ ਨੂੰ ਨਾਂ ਲੈ ਕੇ ਜਾਓ ਅਹੀਂ ਕਿੱਥੇ ਜਾਵਾਂਗੇ ਤੇ ਕਹਿੰਦੇ ਕਿ ਨਹੀਂ ਕੋਈ ਗੱਲ ਨਹੀਂ ਤੁਹਾਨੂੰ ਵੀ ਅਹੀਂ ਦੱਸ ਦਾਂਗੇ ਬੈਠੇ ਰੋ ਇਹ ਬਥੇਰੇ ਬਾਥਰੂਮ ਜਾਣ ਲਈ ਵੀ ਤਰਲਾ ਮਾਰਿਆ ਮਤਲਬ ਸਾਨੂੰ ਬਹੁਤ ਤੰਗੀ ਦਿੱਤੀ ਉਹਨਾਂ ਨੇ ਸਾਰਾ ਦਿਨ ਸਾਡੀ ਬੱਸ ਨੂੰ ਜੰਗਲਾਂ ਵਿੱਚ ਕਮਾਉਂਦੇ ਰਹੇ ਪੂਰਾ ਦਿਨ ਜਿਉਂ 8-9 ਵਜੇ ਤੋਂ ਸਾਡੀ ਬੱਸ ਨੂੰ ਘੇਰਾ ਪਾਇਆ ਤੇ ਪੂਰਾ ਦਿਨ ਹੀ ਨਿਕਲ ਗਿਆ ਸਾਰਾ ਦਿਨ ਕਦੀ ਇੱਧਰ ਨੂੰ ਲੈ ਜਾਣ ਜੰਗਲਾਂਾਂ ਚ ਕਦੀ ਇੱਧਰ ਨੂੰ ਲੈ ਜਾਣਾ ਫਿਰ ਇੱਕ ਥਾਣੇ 'ਚ ਵੀ ਬੱਸ ਨੂੰ ਰੋਕਤਾ ਫੇਰ ਉਥੋਂ ਪਤਾ ਨਹੀਂ ਕੀ ਦਿਲ ਚਾਇਆ ਫੇਰ ਉਥੋਂ ਬੱਸ ਨੂੰ ਤੋੜ ਲਿਆ ਵਾ ਤੇ ਕੁਛ ਗੱਡੀਆਂ ਸਾਡੇ ਅੱਗੇ ਲਾ ਲਈਆਂ ਪੁਲਿਸ ਨੇ ਕੁਛ ਪਿੱਛੇ ਫੇਰ ਘਮਾਕ ਮੁਕੇ ਜਦੋਂ ਜੰਗਲਾਂ ਚੋਂ ਨਿਕਲੇ ਫੇਰ ਇੱਕ ਨਦੀਆਂ ਆਈਆਂ ਵੱਡੀਆਂ ਵੱਡੀਆਂ ਉਹਨਾਂ ਨਦੀਆਂ ਤੋਂ ਇੱਕ ਸਾਈਡ ਨੂੰ ਜਿਹੜੀ ਬੱਸ ਸੀ ਨਾ ਉਹਨਾਂ ਮੁੰਡਿਆਂ ਦੀ ਜਿਨ੍ਹਾਂ ਨੂੰ ਉਤਾਰਿਆ ਸੀਗਾ ਉਧਰ ਨੂੰ ਗੱਡੀ ਨੂੰ ਪਾ ਲਿਆ ਦੂਸਰੀ ਸਾਈਡ ਨੂੰ ਸਾਡੀ ਗੱਡੀ ਪਾਰਤੀ ਪੂਰਾ ਦਿਨ ਘਮਾਕ ਮੁਕੇ ਤੇ ਰਾਤ ਦੇ ਕੋਈ ਨੋਕ ਦਾ ਟਾਈਮ ਹੋਣਾ ਸਾਢੇ 8 9 ਦਾ ਟਾਈਮ ਸੀ ਤੇ ਉਦੋਂ ਪੀਲੀ ਪੀਤ ਗੁਰਦੁਆਰਾ ਸਾਹਿਬ ਬਸ ਨੂੰ ਰੋਕ ਦਿੱਤਾ ਥੋੜਾ ਗੁਰਦੁਆਰੇ ਤੋਂ ਪਿੱਛੇ ਤੇ ਕਹਿਣ ਲੱਗੇ ਕਿ ਤੁਸੀਂ ਮਤਲਬ ਗੁਰਦੁਆਰਾ ਸਾਹਿਬ ਜਾ ਕੇ ਰੁਕ ਜਾਓ ਤੇ ਅਸੀਂ ਕਿਹਾ ਜੇ ਨਾਲ ਸਾਡੇ ਜਿਹੜੇ ਹਸਬੰਦ ਆ ਉਹਨਾਂ ਨੂੰ ਅੰਤੇ ਉਹਨਾਂ ਨੂੰ ਕੋਈ ਗੱਲ ਨਹੀਂ ਪੁੱਛ ਗਿਸ਼ ਕਰਕੇ ਤੇ ਛੱਡ ਦੇਵਾਂਗੇ ਚਲੋ ਅਸੀਂ ਰਾਤ ਕੱਟੀ ਉੱਥੇ ਗੁਰਦੁਆਰਾ ਸਾਹਿਬ ਬੜੇ ਦੁਖੀ ਮਤਲਬ ਕੋਈ ਸਮਝ ਨਾ ਆਵੇ ਕਿ ਕੀ ਬਣਿਆ ਸਾਡੇ ਨਾਲ ਅਸੀਂ ਤਿੰਨੇ ਵਧੀਆ ਦਰਸ਼ਨ ਕਰਕੇ ਵਾਪਸ ਆਉਣ ਦੇ ਫਿਰ ਅਸੀਂ ਗੁਰਦੁਆਰਾ ਸਾਹਿਬ ਰੁਕੇ ਸਵੇਰਾ ਹੋਇਆ ਵਾ ਚਲ ਹੁੱਠੇ ਆ ਅਸੀਂ ਠੀਕ ਚਾ ਪਰ ਸਾਨੂੰ ਉੱਥੇ ਵੀ ਨਾ ਉਹਨਾਂ ਨੇ ਕੁਝ ਨਹੀਂ ਦੱਸਿਆ ਗੁਰਦੁਆਰਾ ਸਾਹਿਬ ਵਾਲਿਆਂ ਨੇ ਕਹਿੰਦੇ ਕੋਈ ਗੱਲ ਨਹੀਂ ਫੜੇ ਆ ਤੇ ਛੱਡ ਦੇਣਗੇ ਤੇ ਚਲੋ ਜਿਹੜੀਆਂ ਕੋਈ ਮਤਲਬ ਸਵਾਰੀਆਂ ਲੱਗ ਗਈਆਂ ਦੀਆਂ ਹੈਗੀਆਂ ਉਹ ਆਪਣੇ ਘਰਾਂ ਨੂੰ ਚਲੇ ਗਏ ਉਧਰ ਤੇ ਚੁੱਪੀ ਦੇ ਸੀਗੇ ਕੁਝ ਤੇ ਅਸੀਂ ਤਾਂ ਉੱਥੇ ਰਹਿਣਾ ਹੈ ਅਸੀਂ ਕਿੱਥੇ ਜਾਣਾ ਹੈਗਾ ਸਾਡਾ ਘੜਾ ਕੋਈ ਹੋਰ ਟਿਕਾਣਾ ਹੈ ਫਿਰ ਉਥੋਂ ਕਿਤੇ ਲੋਸ ਵਾਇਰਲੈਸ ਕੀਤੀ ਪੁਲਿਸ ਨੂੰ ਇਧਰ ਪੰਜਾਬ ਤੇ ਪੰਜਾਬ ਤੋਂ ਪੁਲਿਸ ਸਾਡੇ ਘਰ ਆਈ ਇਥੋਂ ਥਾਣੇ ਚੋਂ ਤੜੀ ਹਾਲ ਤੋਂ ਤੋਂ ਉਹਨਾਂ ਪੁੱਛਿਆ ਤੇ ਬਾਪੂ ਜੀ ਨੂੰ ਕਿ ਬੇਟਾ ਤਾਂ ਡਾਦੀ ਹ ਖਬਰ ਨਹੀਂ ਚੰਗੀ ਹੈਗੀ ਤੇ ਕਿੱਥੇ ਆ ਤੇ ਕਹਿੰਦੇ ਹਤੇ ਮਤਲਬ ਇਤਰਾ ਦਰਸ਼ਨਾਂ ਨੂੰ ਗਏ ਤੇ ਆਂਦੇ ਵੀ ਦਰਸ਼ਨਾਂ ਤੇ ਗਏ ਪਰ ਉਹਨਾਂ ਦੀ ਹਵਾ ਨਹੀਂ ਠੀਕ ਹੈਗੀ ਮਤਲਬ ਖਬਰ ਨਹੀਂ ਚੰਗੀ ਆਈ ਉਹਨਾਂ ਦੀ ਫਿਰ ਇਹਨਾਂ ਪੁੱਛਿਆ ਵਾ ਇਥੋਂ ਕਿਸੇ ਨੂੰ ਵੀਰ ਨੂੰ ਨਾਲ ਲੈ ਕੇ ਉੱਥੇ ਪਹੁੰਚੇ ਗੁਰਦੁਆਰਾ ਸਾਹਿਬ ਜਦੋਂ ਮੈਂ ਇਹਨਾਂ ਨੂੰ ਦੇਖਿਆ ਤੇ ਮੈਂ ਆਖਿਆ ਕਿ ਪਤਾ ਨਹੀਂ ਬਾਪੂ ਜੀ ਕਿਤਰਾ ਆ ਗਏ ਆ ਫੇ ਕੋਈ ਠੀਕ ਹੋ ਵੈਸੇ ਹੀ ਮੈਂ ਇਹਨਾਂ ਨੂੰ ਪੁੱਛਿਆ ਵਾ ਵੀ ਪਾਪਾ ਜੀ ਇਹ ਕਿੱਥੇ ਆ ਮੇਰੇ ਹਸਬੰਦ ਕਿੱਥੇ ਆ ਤੇ ਕਹਿੰਦੇ ਵੀ ਕੋਈ ਗੱਲ ਨਹੀਂ ਬੇਟਾ ਕੋਈ ਨਹੀਂ ਪਲਸ ਨਹੀਂ ਫੜਿਆ ਵਾ ਤੇ ਤੈਨੂੰ ਮੈਂ ਘਰ ਛੱਡ ਆਵਾਂ ਤੇ ਆ ਗਏ ਤੇ ਅਸੀਂ ਉਹਨਾਂ ਨੂੰ ਛਡਾ ਲਵਾਂਗੇ ਤੇ ਹੌਸਲਾ ਦਿੱਤਾ ਮੈਂ ਪ੍ਰੈਗਨੈਂਟ ਸੀ ਉਹ ਤੋਂ ਹਾਂਜੀ 4-5 ਮਹੀਨੇ ਤੋਂ ਪ੍ਰੈਗਨੈਂਸੀ ਵਿੱਚ ਤੇ ਫਿਰ ਮੈਨੂੰ ਇਹ ਲੈ ਕੇ ਆਏ ਉਥੋਂ ਜੂਪੀ ਤੋਂ ਫਿਲੀਪੀਨਸ ਤੋਂ ਫਿਰ ਜਦੋਂ ਇਹ ਘਰ ਲਿਆਏ ਉੱਥੇ ਨਹੀਂ ਇਹਨਾਂ ਨੇ ਮੈਨੂੰ ਦੱਸਿਆ ਕਿ ਮਤਲਬ ਆਹ ਗੱਲ ਹੋ ਗਈ ਆ ਇਹਨਾਂ ਨੇ ਮਤਲਬ ਅਖਬਾਰ ਤੋਂ ਫੋਟੋ ਵੇਖ ਲਈ ਸੀ ਪਰ ਮੈਨੂੰ ਨਹੀਂ ਕਿਸੇ ਨੇ ਵੀ ਦੱਸਿਆ ਜਦੋਂ ਇੱਥੇ ਆ ਕੇ ਉਤਰਿਆ ਤੇ ਬਾਪੂ ਜੀ ਉੱਚੀ ਉੱਚੀ ਰੋਣ ਲੱਗ ਗਏ ਤਾਂ ਫਿਰ ਮੈਨੂੰ ਪਤਾ ਲੱਗਾ ਆ ਗੱਲ ਹੋ ਗਈ ਹਾਂਜੀ ਤੁਸੀਂ ਆਖਰੀ ਵਾਰ ਉਹਨਾਂ ਨੂੰ ਕਦੋਂ ਦੇਖਿਆ ਹਰਮਿੰਦਰ ਮੈਂਟਾ ਹੁਣ ਕਦੋਂ ਤੁਡੀ ਲੱਗਿਆ ਤੁਹਾਨੂੰ ਕਿ ਹਾਂ ਆਹ ਆਖਰੀ ਵਾਰ ਅਸੀਂ ਉਹਨੂੰ ਦੇਖਿਆ ਬਸ وہی ਜਦੋਂ ਬੱਸ 'ਚੋਂ ਉਤਾਰ ਲਿਆ ਮੈਂ ਉਹੀ ਦੇਖਿਆ ਹੁਣ ਕੇ ਅੱਛਾ ਉਸ ਤੋਂ ਬਾਅਦ ਦੇਖਿਆ ਨਹੀਂ ਦੇਖਿਆ ਹੀ ਨਹੀਂ ਨਹੀਂ ਦੇਖਿਆ ਸੋ ਇਹ ਕਹਾਣੀਆਂ ਨੇ ਇੰਨਾ ਪਰਿਵਾਰਾਂ ਦੀਆਂ ਤੇ ਅੱਜ ਇਹ ਪਰਿਵਾਰ ਇਨਸਾਫ ਦੀ ਉਡੀਕ ਕਰ ਰਹੇ ਨੇ। ਭਾਵੇਂ ਪੰਜਾਬ ਦੇ ਨੌਜਵਾਨਾਂ ਨੂੰ ਮਾਰਨ ਦਾ ਕਲੰਕ ਪੰਜਾਬ ਦੀ ਪੁਲਿਸ ਤੇ ਵੱਡਾ ਲੱਗਦਾ ਪਰ ਪੰਜਾਬ ਤੋਂ ਬਾਹਰ ਜਿਹੜੀ ਪੁਲਿਸ ਸੀ ਜਿਵੇਂ ਯੂਪੀ ਦੀ ਪੁਲਿਸ ਆ ਉਹਨੇ ਇਹ ਮੁਕਾਬਲਾ ਬਣਾਇਆ ਸੀਗਾ ਤਾਂ ਅੱਜ ਇਹ ਪਰਿਵਾਰ ਇਹਨਾਂ ਦੇ ਨਾਲ ਹੋਰ ਵੀ ਜਿਹੜੇ ਪਰਿਵਾਰ ਸੀਗੇ ਉਹ ਵੀ ਉਡੀਕ ਰਹੇ ਆ ਕਿ ਇਨਸਾਫ ਸਾਨੂੰ ਮਿਲਣਾ ਚਾਹੀਦਾ। ਤਾਂ ਇਹ ਪਰਿਵਾਰ ਆ ਜਿਹੜੇ ਇਹਨਾਂ ਦੀ ਅੱਜ ਵੀ ਬੇਨਤੀ ਆ ਸਰਕਾਰਾਂ ਨੂੰ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਥੋੜੀ ਗੱਲ ਹੋਰ ਕਰਾਂਗੇ ਜਿਵੇਂ ਇੰਨਾ ਟਾਈਮ ਹੋ ਗਿਆ ਜੀ ਤੁਹਾਨੂੰ ਇਨਸਾਫ ਦੇ ਪਿੱਛੇ ਭਜਦਿਆਂ ਨੂੰ ਇਨਸਾਫ ਹਲੇ ਮਿਲਿਆ ਨਹੀਂਗਾ ਕੀ ਲੱਗਦਾ ਤੁਹਾਨੂੰ ਕੀ ਨੀਤੀ ਆ ਨੀਤ ਕੀ ਆ ਸਰਕਾਰਾਂ ਦੀ ਕੋਈ ਇਹ ਲੱਗਦਾ ਕਿ ਜਾਣ ਕੇ ਕੀਤਾ ਜਾ ਰਿਹਾ ਸਾਰਾ ਕੁਝ ਵੇਖੋ ਜੀ ਜਿਹੜਾ ਆ ਕੀਤਾ ਹੈ ਤੇ ਜਾਣ ਕੇ ਕੀਤਾ ਹੈ ਪਹਿਲਾ ਜਿਹੜਾ ਸੀ ਜੀ ਬਹੁਤ ਸਾਨੂੰ ਤਸਤੀ ਵੀ ਜਦੋਂ ਜੋ ਜਗਤ ਸਾਹਿਬ ਨੇ ਕਰਤਾ ਠੀਕ ਕਰਤਾ ਹਾਂ ਜੀ ਆ ਜਿਹੜਾ ਹੋਇਆ ਇਹ ਸਾਡੇ ਨਾਲ ਬਹੁਤ ਤਕਾਇਆ ਸਾਨੂੰ ਮੈਨਿੰਗ ਆ ਵੀ ਇਹ ਕੇਸ ਜਿਹੜਾ ਇਹ ਸਾਡੇ ਹੱਕ ਚ ਹੋਣਾ ਕਿਉਂ ਨਾ ਕਿ ਵੇਖੋ ਨਾ ਸੀਪੀਏ ਨੇ ਜਾਂਚ ਕੀਤੀ ਸੀਪੀਏ ਨੇ ਜਾਂਚ ਕਰਕੇ ਤੇ ਕੇਸ ਮੁੜਕੇ ਦਿੱਤਾ ਵੀ ਇਹ ਬੰਦੇ ਸਹੀ ਹੈ ਜਿਹੋ ਸਾਬ ਤੋਂ ਵੀ ਜੱਤਦਾ ਤੇ ਇੱਕ ਕਾਗਜ਼ ਲਿਆਂਦੇ ਸਾਰਾ ਇਕੱਠਾ ਕਰਕੇ ਜੀ ਉਹਨਾਂ ਨੇ ਕਾਗਜ਼ ਪਤਾ ਤੇ ਫਿਰ ਜਾਂਚ ਕੀਤੀ ਵੀ ਇਹਨੇ ਬੰਦੇ ਸਹੀ ਸਨ ਇਹਨਾਂ ਨੇ ਗਲਤ ਕਾਊਂਟਰ ਕੀਤੇ ਆ ਤੇ ਉਹਨਾਂ ਨੇ ਸੀਬੀਆਈ ਨੇ ਜੀ ਇਹ ਬੰਦਿਆਂ ਨੂੰ ਸਜ਼ਾ ਦਿੱਤੀ ਸੀਬੀਆਈ ਜੱਜ ਨੇ ਤੇ ਭਾਵੇਂ ਸੀਬੀਆਈ ਗਲਤ ਹੋ ਆ ਵੇਖੋ ਨਾ ਭਾਵੇਂ ਸੀਬੀਆਈ ਨੂੰ ਬੰਨਣ ਪਾ ਚਾਹੇ ਸੀਬੀਆਈ ਨੂੰ ਜੁਰਮਾਨਾ ਲਾਉਣ ਸਾਡਾ ਕੀ ਗੁਨਾਹ ਆ ਉਹਨਾਂ ਨੇ ਸੱਚ ਬੋਲਿਆ ਤਾਂ ਸੱਚ ਦਾ ਦਿੱਤਾ ਇਹ ਹੁਣ 14-14 ਲੱਖ ਰੁਪਈਆ ਜਦ ਬਾਨਾ ਪਾਇਆ ਸੀ ਉਹਨਾਂ ਨੂੰ ਜੇ ਜੋ ਸਾਨੂੰ ਅਜੇ ਤੱਕ ਕੋਈ ਮਾਸਾ ਜਿੰਨਾ ਕੋਈ ਕਹਾਣੀ ਨਹੀਂ ਜੀ ਨਹੀਂ ਜਦ ਉਹਨਾਂ ਦੀ 11 ਤੱਕ ਕੁਝ ਕੁ ਕਰਨ ਉਹਨਾਂ ਦੇ ਸਭ ਵੀ ਆਪਣਾ ਕਰ ਲਈ ਇੱਕ ਕਮਾਈ ਤੇ ਵੇਖੋ ਜੀ ਉਹਨਾਂ ਦੇ ਰੈਂਕ ਵਧ ਗਏ ਉਹਨਾਂ ਨੇ ਪੋਸਟਾਂ 'ਤੇ ਪਾ ਕੇ ਕਈ ਦੋ ਤੈਅ ਹੋ ਗਏ ਨੇ ਆਪਣੇ ਫੰਡ ਵੀ ਲੈ ਲਏ ਹਾਂਜੀ ਤੇ ਸਾਡਾ ਗੱਲ ਹੀ ਸਾਡਾ ਰਿਆ ਹੀ ਕੱਕ ਨਹੀਂ ਸਾਈਂ ਦੀ ਉਹ ਬੇਨਤੀ ਕਰਦੇ ਆ ਅਜੇ ਵੀ ਸਰਕਾਰ ਅੱਗੇ ਵੀ ਸਾਨੂੰ ਕੁਝ ਨਾ ਕੁਝ ਨਿਆਰ ਦੇਣਾ ਚਾਹੀਦਾ ਬਾਕੀ ਆ ਗਈ ਜੀ ਗੱਲ ਹੁਣ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਦਾ ਵੀ ਹੱਕ ਆ ਤੇ ਇਨਾਂ ਦੇ ਨੌਜਵਾਨ ਯਾਰਾਂ ਬੱਚੇ ਲਾ ਕੇ ਸਿੱਖ ਦੇ ਮਾਰੇ ਹੋਣ ਸਿਕਾਂ ਦੇ ਤੇ ਗਏ ਹਜੂ ਸਾਹਿਬ ਜਤਰਾ ਤੇ ਹੋਣ ਤੇ ਇਹਨਾਂ ਦਾ ਫਰਜ ਸੀ ਵੀ ਇਹਨਾਂ ਪਰਿਵਾਰਾਂ ਨੂੰ ਕੁਝ ਨਾ ਕੁਝ ਪੁੱਛਣ ਆਣ ਕੇ ਵੀ ਤੁਹਾਡੇ ਨਾਲ ਧੱਕਾ ਆਇਆ ਵਾ ਆਓ ਤੁਹਾਡੀ ਮਰਜ਼ੀ ਤਾਂ ਹੀ ਕਰਦੀਆਂ ਕਿਨੇ ਜੋਗੇ ਆ ਗਏ ਹਾਂ ਹਾਂਜੀ ਤੇ ਇਹਨਾਂ ਵੀ ਕੱਖ ਨਹੀਂ ਗਈ ਇਹਨਾਂ ਵੀ ਪੱਲਾ ਹੀ ਝਾੜ ਛੜਿਆ ਜਿਹੜੀ ਪੁਲਿਸ ਨੇ ਫੜਿਆ ਸੀਗਾ ਹਨਾ ਤੁਹਾਡੇ ਬੱਚਿਆਂ ਨੂੰ ਉਹਨਾਂ ਨੇ ਦੋਸ਼ ਕੀ ਲਾਇਆ ਤੁਹਾਡੇ ਬੱਚਿਆਂ ਤੇ ਉਹਨਾਂ ਦਾ ਵੀ ਕੋਈ ਪੱਖ ਹੋਣਾ ਕੋਈ ਵੀ ਨਹੀਂ ਲੱਗਦਾ ਦੋਸ਼ੇ ਕੋਲ ਹੋਰੀ ਮੁਕਾਬਲਾ ਬਣਿਆ ਹਾਂਜੀ ਵੀ ਮੁਕਾਬਲਾ ਵਾ ਜੀ ਇਹ ਹਾਂਜੀ ਤੇ ਮੁਕਾਬਲਾ ਤਿੰਨ ਤਿੰਨ ਜਗ੍ਹਾ ਕਰਕੇ ਤੇ ਮੁਕਾਬਲਾ ਬਣਾਕਤਾ ਇਹ ਅਖਬਾਰਾਂ ਚ ਦੇਖਤਾ ਤਿੰਨ ਜਗ੍ਹਾ ਕਿੱਥੇ ਮਤਲਬ 11 ਮੁੰਡੇ ਸੀ ਨਾ ਤੇ ਕੋਈ ਕਿਸ ਜਗ੍ਹਾ ਦਾ ਪਤਾ ਕੋਈ ਕਹੇ ਵੀ ਉਧਰ ਮੁਕਾਬਲਾ ਹੋ ਗਿਆ ਜੀ ਅੱਛਾ ਹਾਂਜੀ ਮਤਲਬ ਪੁਲਿਸ ਨੇ ਇਹ ਕੋਈ ਪੱਖ ਨਹੀਂ ਦਿਖਾਇਆ ਵੀ ਹਾਂ ਇਹਨਾਂ ਦਾ ਹੀ ਕਸੂਰ ਆ ਆਹ ਕਸੂਰ ਆ ਤਾਂ ਮਾਰੇ ਆ ਇਹ ਇਹਨਾਂ ਆਖਿਆ ਜੀ ਤਿੰਨਾ ਥਾਣਿਆਂ ਦੇ ਉੱਤੇ ਇਹਨਾਂ ਕਹਿਤਾ ਨਾ ਵੀ ਅਮਲੀਆ ਤੇ ਹਲਾਉ ਗਾਂਜ ਇੱਕ ਹੋਰ ਥਾਣਾ ਦੀ ਉਹਦਾ ਨਾਮ ਨੂੰ ਹੁਣ ਭੁੱਲ ਗਿਆ ਵੀ ਇਹਨਾਂ ਥਾਣਿਆਂ ਦੇ ਉੱਤੇ ਅਟੈਕ ਕਰਨ ਆਏ ਹਨ ਅੱਛਾ ਤਾਂ ਮਾਰੇ ਆ ਤੇ ਫੜੇ ਬਸ ਚੋਂ ਆ ਬਾਨਾ ਜੀ ਕੋਈ ਕੋਈ ਬਾਨਾ ਨਹੀਂ ਗਾ ਜੀ ਕੋਲੋਂ ਕੁਝ ਮਿਲਿਆ ਸੀ ਉਹਨਾਂ ਦੇ ਕੋਈ ਇਦਾਂ ਕੋਈ ਕੋਈ ਕਾਚੂ ਤੱਕ ਨਹੀਂ ਸੀ ਜਿਹੜਾ ਡਰਾਈਵਰ ਸੀ ਜਿਹਨੇ ਗਵਾਈ ਦਿੱਤੀ ਜਾਨਾ ਜੀ ਉਹਨਾਂ ਆਖਿਆ ਵੀ ਇਹਨਾਂ ਸੇਲ ਆਏ ਆ ਉਹ ਇਹਨਾਂ ਕੋ ਕਾਚੂ ਨਹੀਂ ਕਟਣਵਾਉਤੇ ਅੱਛਾ ਹਾਂ ਜੀ ਨਾ ਕੋਈ ਗੱਲ ਨਹੀਂ ਪਹਿਲੋ ਮਾਨਾ ਬਣਾਇਆ ਜੀ ਵੀ ਕੈਮਰੇ ਲਾਇਆ ਜੀ ਉਦੋਂ ਕੈਮਰੇ ਵੀ ਨਹੀਂ ਹਨ ਜਿਉਂਦੇ ਆਂਦੇ ਉਹਨੂੰ ਕੈਮਰੇ ਲਾਇਆ ਹਨ ਜੀ ਕੈਮਰੇਆਂ ਚ ਆ ਕੇ ਇਹ ਮੁਕਾਬਲਾ ਕਰ ਲੈਂਗੇ ਸਾਨੂੰ ਮਾਰ ਲੈਣਗੇ ਹਨ ਫਿਰ ਆਹ ਮਾਰੇ ਤੇ ਫੜ ਕੇ ਬਸ ਕਿਉਂ ਮਾਰੇ ਜੀ ਆਹ ਜੇ ਇਹਨਾਂ ਦੇ ਲਾ ਕੋਈ ਨਹੀਂ ਤੁਸੀਂ ਹੁਣ ਤੁਸੀਂ ਕੀ ਚਾਹੁੰਦੇ ਹੋ ਕਿੱਦਾਂ ਦਾ ਇਨਸਾਫ ਚਾਹੁੰਦੇ ਹੋ ਤੁਹਾਡੇ ਲਈ ਕੀ ਹੋ ਜਾ ਇਨਸਾਫ ਚਾਹੁੰਦੇ ਵੀ ਘਟੋਕਾ ਦੇ ਇੱਕ ਇੱਕ ਪਤਵਾਰ ਨੂੰ ਨੌਕਰੀ ਮਿਲੇ ਜੀ ਤੇ ਕਰੋੜ-ਕਰੋੜ ਰੁਪਈਆ ਦਾ ਉਹਨੂੰ ਜੁਰਮਾਨਾ ਹੋਏ ਹਾਂ ਜੀ ਸਜ਼ਾ ਦਾ ਕੀ ਚਾਹੁੰਦੇ ਹੋ ਜਿਹੜੀ ਹੋਈ ਆ ਹੋਈ ਰਹੇ ਸਜਾ ਦੇ ਜਿਹੜੀ ਜੱਜ ਨੇ ਕਰਤੀ ਆ ਜੀ ਉਹਨਾਂ ਨੂੰ 20 ਸਾਲ ਹੋਈ ਨੇ ਜਿੰਨੀ ਕੱਟੀਏ ਕੱਟੀਏ ਬਾਕੀ ਕੱਟਣ ਤੇ ਕਰੋੜ- ਕਰੋੜ ਰੁਪਏਾਂ ਦਾ ਜੁਰਮਾਨਾ ਹੈ ਜੀ ਤੇ ਇੱਕ ਪਰਿਵਾਰ ਨੂੰ ਨੌਕਰੀ ਮਿਲੇ ਫੇਰ ਇਹਨਾਂ ਦੀਆਂ ਜਿਹੜਾ ਨਾ ਜੀ ਕੁਛ ਨਾ ਕੁਛ ਰੋਟੀ ਪਾਣੀ ਦਾ ਕੰਮ ਮੰਗਦਾ ਸੀ ਉਹ ਤਾਂ ਕੋਈ ਗੱਲ ਨਹੀਂ ਮੰਨਦੀ ਬਾਕੀ ਅਸੀਂ ਤਾਂ ਜਿਕੇ ਬੇਨਤੀ ਇਹੋ ਕੀਤੀ ਆ ਤੇ ਸਰਕਾਰਾਂ ਅਕੇ ਵੀ ਬਾਕੀ ਵੀਡੀਓ ਦਾ ਬਹੁਤ ਧੰਨਵਾਦ ਆ ਜੀ ਜਿਹੜਾ ਵੇਖੋ ਸਾਨੂੰ ਘਰੋਂ ਆਣ ਕੇ ਤੇ ਸਾਡੀ ਖਬਰ ਲੈਂਦੇ ਆ ਤੇ ਸਾਡਾ ਜਿਹੜਾ ਨਾਮ ਆ ਇਹਨਾਂ ਬੱਚਿਆਂ ਦਾ ਸਾਡੇ ਕੇਸ ਦਾ ਬਾਹਰ ਵਿਦੇਸ਼ਾਂ ਚ ਘਲਾਉਂਦੇ ਆ ਹਾਂਜੀ ਤੇ ਇਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਹਾਂ ਜੀ ਵੀਡੀਓ ਵਾਲਿਆਂ ਨੇ ਸਾਡੀ ਬੜੀ ਮੱਤ ਕੀਤੀ ਆ ਕੋਈ ਚੰਡੀਗੜ੍ਹੋਂ ਆਇਆ ਕੋ ਲੁਧਿਆਣੇੋਂ ਆਇਆ ਕੋ ਅੰਬਸਾ ਤੋਂ ਆਏ ਨੇ ਕੋ ਵਟਾਲੇੋਂ ਆਇਆ ਹਾਂਜੀ ਇਹਨਾਂ ਦਾ ਵੀ ਮੈਂ ਆਪਣਾ ਰੀਣੀ ਆ ਜੀ ਮੈਂ ਇਹਨਾਂ ਦਾ ਦੇਣ ਹੀ ਦੇ ਸਕਦਾ ਤੇ ਮੈਂ ਤਾਂ ਇਹੋ ਹੀ ਕਹਿਣਾ ਕਿ ਸਾਨੂੰ ਨਿਆਂ ਮਿਲਣਾ ਚਾਹੀਦਾ ਹੈ ਬੱਚੇ ਤੇ ਚਲੇ ਗਏ ਤੇ ਗਲਤ ਮਾਰੇ ਉਹਨਾਂ ਗਲਤ ਕੰਮ ਕੀਤਾ ਉਹਨਾਂ ਨੂੰ ਤੇ ਕੋਈ ਨਾ ਕੋਈ ਸਜ਼ਾ ਹੋਏ ਨਾ ਤੇ ਸਰਕਾਰਾਂ ਆ ਕੇ ਸਾਡੀਆਂ ਦੇ ਇਹੋ ਬੇਨਤੀਆਂ ਜੀ ਵੀ ਸਾਡਾ ਕੁਝ ਨਾ ਕੁਝ ਨਿਆਂ ਸਹੀ ਕਰੋ ਤੁਹਾਨੂੰ ਰੱਬ ਕੋ ਜਾਣਾ ਸਾਥੋਂ ਨਾ ਜਦੋਂ ਰੱਬ ਕੋ ਨਾ ਜਦੋਂ ਜੇ ਸਾਨੂੰ ਨਿਆਂ ਦੇਉਗੇ ਤਾਂ ਰੱਬ ਦੇ ਉੱਤੇ ਵੰਦਾ ਹੀ ਹੈ ਨਾ ਤੇ ਖੁਸ਼ ਹੋ ਜਾਏਗਾ ਵੀ ਨਹੀਂ ਜੀ ਨਿਆਂ ਇਹਨਾਂ ਨੇ ਕੀਤਾ ਤੇ ਜੇ ਨਹੀਂ ਨਿਆਂ ਮਿਲੇਗਾ ਤਾਂ ਫਿਰ ਅਸੀਂ ਤੇ ਜਿੱਦੇ ਜੋਗੇ ਆ ਗਏ ਨੇ ਚੱਲਾਂਗੇ ਚੱਲਣ ਵੀ ਨਹੀਂ ਆ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਟਾਈਮ ਦੇਣ ਲਈ ਸੋ ਇਹ ਗੱਲ ਇਨਸਾਫ ਦੀ ਕਰ ਰਹੇ ਆ ਭਾਵੇਂ ਕਿ ਇਨਸਾਫ ਨਾਲ ਵੀ ਨਾਂ ਦਾ ਹੀ ਇਨਸਾਫ ਆ ਉਹਦੇ ਨਾਲ ਵੀ ਸਬਰ ਕਰਨਾ ਔਖਾ ਕਿਉਂਕਿ ਨੌਜਵਾਨ ਬੱਚਿਆਂ ਨੂੰ ਆਪਣੇ ਹੱਥੀਂ ਤੋੜਨਾ ਬਹੁਤ ਔਖਾ ਕਰੋ ਖੁਸ਼ੀ-ਖੁਸ਼ੀ ਗਏ ਤਾਂ ਖਬਰ ਇਹ ਮਿਲੀ ਕਿ ਉਹਨਾਂ ਨੂੰ ਪੁਲਿਸ ਨੇ ਫੜ ਕੇ ਉਹਨਾਂ ਦਾ ਮੁਕਾਬਲਾ ਬਣਾ ਤਾ ਇੱਕੇਦਮ ਇਹ ਖਬਰ ਸੁਣਨੀ ਬਹੁਤ ਔਖੀ ਗੱਲ ਆ ਤਾਂ ਇਹ ਸਾਰਾ ਪਰਿਵਾਰ ਆਪਣੇ ਨਾਲ ਬੈਠਾ ਕਿਵੇਂ ਇਹਨਾਂ ਨੇ ਇਹਨਾਂ ਦੀਆਂ ਦਾੜੀਆਂ ਹਲੇ ਕਾਲੀਆਂ ਸੀ ਉਦੋਂ ਇਹ ਦਾੜੀਆਂ ਚਿੱਟੀਆਂ ਵੀ ਹੋ ਗਈਆਂ ਸਿਰ 'ਚ ਤੌਲੇ ਆ ਗਿਆ ਪਰ ਇਨਸਾਫ ਹਲੇ ਤੱਕ ਇਹਨਾਂ ਨੂੰ ਮਿਲ ਨਹੀਂ ਸਕਿਆ ਤਾਂ ਇਹੋ ਜਿਹਾ ਹੋਰ ਬਹੁਤ ਕਹਾਣੀਆਂ ਤਾਂ ਇਹ ਪੰਜਾਬ ਦੇ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਇਸ ਜਿਹੜੇ ਇਹੋ ਜਿਹੇ ਪਰਿਵਾਰ ਆ ਇਹਨਾਂ ਨੂੰ ਇਨਸਾਫ ਦਿਵਾਉਣ ਲਈ ਅੱਗੇ ਆਵਾਜ਼ ਠੋਣੀ ਚਾਹੀਦੀ ਆ ਤਾਂ ਅੱਜ ਦੀ ਗੱਲਬਾਤ ਬਾਰੇ ਤੁਸੀਂ ਆਪਣਾ ਸੁਝਾਅ ਆਪਣਾ ਕਮੈਂਟ ਦੇ ਵਿੱਚ ਜ਼ਰੂਰ ਦੇਣਾ ਜੁੜੇ ਰਹੋ ਦੁਨੀਆ ਦੇ ਨਾਲ